ਹਾਂਜੀ ਦੋਸਤੋ, ਸਵਾਗਤ ਹੈ ਇੱਕ ਹੋਰ ਨਵੀਂ ਅਪਡੇਟ ਵੀਡੀਓ ਤੋਂ। ਦੋਸਤੋ, ਪਿਛਲੇ ਹਫ਼ਤੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਦੀ ਮਾਤਾ ਜੀ ਚਰਨ ਕੌਰ ਜੀ ਗਰਭਵਤੀ ਹੋਏ ਸੀ, ਅਤੇ ਉਹ ਤੋਂ ਬਾਅਦ ਹੀ ਬਾਪੂ ਜੀ ਦਾ ਹਵੇਲੀ ਤੋਂ ਇੱਕ ਵੱਡਾ ਬਿਆਨ ਆਉਂਦਾ ਦੋਸਤੋ ਸਾਹਮਣੇ। ਤਾਂ ਦੋਸਤੋ, ਬਾਪੂ ਜੀ ਨੇ ਕਹਿਤਾ ਜੋ ਵੀ ਆ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਨੇ ਬੱਚੇ ਦੀ ਖਬਰਾਂ, ਤਾਂ ਇਹਨਾਂ ਵੱਲ ਜ਼ਿਆਦਾ ਧਿਆਨ ਨਾ ਦਿਉ ਜਦੋਂ ਤੱਕ ਪਰਿਵਾਰ ਪੁਸ਼ਟੀ ਨਹੀਂ ਕਰਦਾ, ਯਾਨੀ ਕਿ ਚਰਨ ਕੌਰ ਜੀ ਜਾਂ ਬਾਪੂ ਬਲਕੌਰ ਸਿੰਘ ਜੀ ਉਦੋਂ ਤੱਕ ਪੁਸ਼ਟੀ ਨਹੀਂ ਕਰਦੇ, ਤਾਂ ਉਹਨਾਂ ਤੱਕ ਇਹ ਖਬਰਾਂ ਦਾ ਬਹੁਤ ਮਾੜਾ ਅਸਰ ਹੋ ਰਿਹਾ ਬਾਪੂ ਬਲਕੌਰ ਦਾ। ਤਾਂ ਤੁਹਾਨੂੰ ਸਾਰਿਆਂ ਨੂੰ ਬਾਪੂ ਬਲਕੌਰ ਨੇ ਇਹੀ ਅਪੀਲ ਕੀਤੀ ਹੈ, ਫੇਕ ਖਬਰਾਂ ਵੱਲ ਜ਼ਿਆਦਾ ਨਾ ਧਿਆਨ ਦਿਉ। ਅਤੇ ਉਹ ਤੋਂ ਬਾਅਦ ਇੱਕ ਹੋਰ ਵੱਡੀ ਸਟੋਰੀ ਸਾਹਮਣੇ ਨਿਕਲ ਕੇ ਆ ਰਹੀ, ਬਾਪੂ ਬਲਕੌਰ ਦਾ ਇੱਕ ਵੱਡਾ ਬਿਆਨ ਆਇਆ ਸੀ ਜਿਹੜਾ ਕਿ ਅੱਜ ਫਾਈਨਲੀ 15 ਮਾਰਚ ਵੱਡੀ ਖੁਸ਼ਖਬਰੀ ਸਾਹਮਣੇ ਨਿਕਲ ਕੇ ਆਈ ਹੈ। ਸਿੱਧੂ ਮੂਸੇਵਾਲੇ ਦੇ ਆਫਿਸ਼ੀਅਲੀ ਯੂਟਿਊਬ ਚੈਨਲ 'ਤੇ ਯਾਨੀ ਕਿ 9/11 ਰੈਕਡ 'ਤੇ ਇੱਕ ਗਾਣਾ ਰਿਲੀਜ਼ ਹੋਇਆ ਜੋ ਕਿ ਬਾਪੂ ਜੀ ਦੇ ਬੜੇ ਦਿਲ ਦੇ ਕਰੀਬ ਹੈ। ਇੱਕ ਵਾਰ ਜ਼ਰੂਰ ਗਾਣਾ ਸੁਣੀਓ, ਕਿਸਾਨ ਵਾਰ ਹੈ ਇਸ ਗਾਣੇ ਦਾ ਨਾਮ, ਅੱਜ ਰਿਲੀਜ਼ ਹੋ ਚੁੱਕੀ ਹੈ ਘੰਟੇ ਪਹਿਲਾਂ ਹੀ। ਤਾਂ ਇੱਕ ਵਾਰ ਜ਼ਰੂਰ ਚੈੱਕ ਕਰੋ ਮੇਰਾ ਵੀਰ, ਬਾਪੂ ਜੀ ਨੇ ਵੀ ਗੱਲ ਕਹੀ ਹੈ ਖੁੱਲ੍ਹ ਕੇ। ਇੱਕ ਵਾਰ ਮੇਰਾ ਵੀਰ ਸਾਰੇ ਜਣੇ ਗਾਣਾ ਜਾ ਕੇ ਜ਼ਰੂਰ ਸੁਣੀਓ।